ਸਕਦਾ। ਸੋਸ਼ਲ ਮੀਡੀਆ ਚਰਚਾ ਭਗਵੰਤਾਂ ਨੂੰ ਕੱਲ ਫਲਾਈਟ ਚੋਂ ਉਤਾਰ ਦਿੱਤਾ ਗਿਆ ਸ਼ਰਾਬੀ ਹੋਣ ਕਰਕੇ 4 ਘੰਟੇ ਫਲਾਈਟ ਲਈ। ਇਸ ਤਰ੍ਹਾਂ ਦੀ ਗੱਲ ਹੈ। ਦੇਖੋ ਮੇਰੇ ਜੋ ਮੈਂ ਵੀ ਸੋਸ਼ਲ ਮੀਡੀਆ ਰਾਹੀਂ ਵੀ ਜੋ ਦੇਖੀ ਆ ਕੁਛ ਸੱਜਣ ਉੱਥੇ ਫਰੈਂਕਫਰਟ ਏਅਰਪੋਰਟ ਤੋਂ ਮੈਨੂੰ ਵੀ ਇਹ ਜੀ ਫੋਨ ਕੁਛ ਸੱਜਣ ਸੀਗੇ ਜਿਹੜੇ ਜਹਾਜ਼ ਚੜ੍ਹ ਰਹੇ ਸੀ ਉਹਨਾਂ ਦੀ ਇਹ ਖਬਰ ਆਈ ਆ। ਐਡਾ ਵੱਡਾ ਆਮ ਆਦਮੀ ਪਾਰਟੀ ਦਾ ਦਿਖਾਵੇ ਦਾ ਇਜਲਾਸ ਹੋਵੇ, ਡਰਾਮੇਬਾਜ਼ੀ ਦਾ ਇਜਲਾਸ ਹੋਵੇ, ਉਸ ਇਜਲਾਸ ਨੂੰ ਜਦੋਂ ਇਹਨਾਂ ਦੇ ਤਾਂ ਹਰ ਸਾਹ 'ਚ ਅਰਵਿੰਦ ਕੇਜਰੀਵਾਲ ਇਹਨਾਂ ਦੇ ਨਾਲ ਹੁੰਦਾ ਅਤੇ ਉਹਨਾਂ ਦਾ ਪ੍ਰੋਗਰਾਮ ਹੋਵੇ ਉਹਦੇ 'ਚ ਇਹਨਾਂ ਦੇ ਮੁੱਖ ਮੰਤਰੀ ਪਹੁੰਚਣ ਨਾ, ਅਤੇ ਇਹਦੇ ਬੜੇ ਸਿੱਧੇ ਸੰਕੇਤ ਆ। ਕੋਈ ਚੱਕਰ ਤਾਂ ਹੈ ਜੋ ਚੱਕਰ ਸੋਸ਼ਲ ਮੀਡੀਆ 'ਚ ਜਾਂ ਕੁਛ ਅਖਬਾਰ ਚੈਨਲਾਂ ਨੇ ਰਿਪੋਰਟ ਕੀਤੀ ਉਹ ਇਹੀ ਗੱਲ ਕੀਤੀ ਆ ਕਿ ਜਹਾਜ਼ ਚੜ੍ਹਨ ਵੇਲੇ ਸ਼ਾਇਦ ਕੁਛ ਵੱਧ ਖਾਧੀ ਪੀਤੀ ਗਈ, ਉਹਦੇ ਕਰਕੇ ਏਅਰਲਾਈਨ ਨੇ ਉਹਨਾਂ ਨੂੰ ਜਹਾਜ਼ ਤੋਂ ਲਾਹ ਤਾ ਔਰ ਇਹੀ ਕਾਰਨ ਹੋਇਆ ਕਿ ਜਹਾਜ਼ ਉਹ ਨਹੀਂ ਚੜ੍ਹ ਸਕੇ, ਉਹ ਲੇਟ ਹੋ ਗਏ ਔਰ ਉਹ ਜਹਾਜ਼ 'ਤੇ ਵੀ ਸਮਾਨ ਉਹਨਾਂ ਦਾ ਉਤਾਰਨਾ ਪੈ ਗਿਆ ਉਹਨਾਂ ਦੇ ਸਾਰੇ ਬੰਦਿਆਂ ਦਾ, ਜਹਾਜ਼ 2-4 ਘੰਟੇ ਲੇਟ ਵੀ ਹੋਇਆ ਔਰ ਇਸੇ ਕਾਰਨ ਕਰਕੇ ਉਹ ਪਹੁੰਚ ਨਹੀਂ ਸਕੇ। ਮੈਂ ਤਾਂ ਇਹੀ ਬੇਨਤੀ ਕਰ ਸਕਦਾ ਪਰਮਾਤਮਾ ਸਮਤ ਬਖਸ਼ਣ, ਇਹ ਜੀ ਚੀਜ਼ ਦਾ ਖਾਧੇ ਪੀਤੇ ਦਾ ਕੀ ਫਾਇਦਾ। ਬੜੇ ਦੁੱਖ ਦੀ ਗੱਲ ਆ ਕਿ ਪੰਜਾਬ ਜਰਮਨੀ ਦੇ ਫੇਰੇ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਨਮੋਸ਼ੀ ਦਾ ਹੀ ਸਾਹਮਣਾ ਕਰਾਇਆ। ਪਹਿਲਾਂ BMW ਦੀ ਗੱਲ ਕਰਤੀ ਉਹਨਾਂ ਨੇ ਖਟਨਟ ਕਰਤਾ, ਗੱਲ ਤਾਂ ਫਿਰ ਇਹੀ ਨਿਕਲ ਕੇ ਆਈ ਕਿ ਭਗਵੰਤ ਮੋਟਰ ਵਰਕਸ ਤੱਕ ਕੀ ਕੰਮ ਸੀਮਿਤ ਰਹਿ ਕੇ ਰਹਿ ਗਿਆ। ਬ੍ਰਾਵੇਰੀਅਨ ਮੋਟਰ ਵਰਕਸ BMW ਨੇ ਪੰਜਾਬ 'ਚੋਂ ਨਿਵੇਸ਼ ਕਰਨ ਤੋਂ ਸਿੱਧੇ ਨਾ ਕਰਤੀ। ਕਿਸੇ ਮੁੱਖ ਮੰਤਰੀ ਲਈ ਇਹ ਤੋਂ ਵੱਡੀ ਨਮੋਸ਼ੀ ਕੀ ਹੋ ਸਕਦੀ ਹੈ। ਫਿਰ 70 ਸਾਲ ਦਾ ਐਡਾ ਗੌਰਵਮਈ ਇਤਿਹਾਸ ਹੈ ਸਾਡੇ ਦੇਸ਼ ਦਾ, ਪੰਜਾਬ ਦਾ, ਉਹਦੇ ਮੁੱਖ ਮੰਤਰੀ ਦੀ ਇਹੀ ਜੀ ਚਰਚਾ ਚੱਲੇ ਕਿ ਉਹ ਜਹਾਜ਼ 'ਤੇ ਇਸ ਲਈ ਨਹੀਂ ਚੜ੍ਹ ਪਾ ਸਕੇ ਕਿਉਂਕਿ ਉਹਨਾਂ ਨੂੰ ਡੀਪਲੇਨ ਕਰਨਾ ਪੈ ਗਿਆ, ਉਹਨਾਂ ਵੱਧ ਖਾ ਪੀ ਲਈ। ਕੀ ਇਹ ਗੱਲਾਂ ਸ਼ੋਭਦੀਆਂ ਨੇ? ਕੀ ਇਹ ਜਰਮਨੀ ਦੀ ਫੇਰੀ ਆ? ਫਿਰ ਜਰਮਨੀ 'ਚ ਕਹਿੰਦੇ ਜਾ ਕੇ ਪੰਜਾਬ ਨੂੰ ਸ਼ੋਕੇਸ ਕਰਨਾ, ਪੰਜਾਬ ਦੀ ਵਿਧਾਨ ਸਭਾ ਦਾ ਤਾਂ ਰਿਕਾਰਡ ਕੱਢ ਲਓ, ਉੱਥੇ ਤਾਂ ਕਹਿੰਦੇ ਪਿਛਲੀਆਂ ਸਰਕਾਰਾਂ ਨੇ ਕੀਤਾ ਹੀ ਕੁਛ ਨਹੀਂ। ਜੇ ਪਿਛਲੀਆਂ ਨੇ ਕੀਤਾ ਕੁਛ ਨਹੀਂ ਤਾਂ ਤੁਸੀਂ ਕੀ ਸ਼ੋਕੇਸ ਕਰਨ ਗਏ ਸੀ? ਕੋਈ 6 ਮਹੀਨੇ ਜਦੋਂ ਤੁਸੀਂ ਜਦੋਂ ਅਕਾਲੀ ਦਲ ਕਾਂਗਰਸ ਦੀ ਸਰਕਾਰ ਹੁੰਦੀ ਸੀ ਰੋਜ਼ ਆਪੋਜੀਸ਼ਨ ਕੋਲੇ ਮੁੱਦਾ ਹੁੰਦਾ ਸੀ ਵੀ ਜੀ ਕੋਈ ਮੰਤਰੀ ਵਜ਼ੀਫੇ ਖਾ ਗਿਆ, ਆਪੋਜੀਸ਼ਨ ਕੋਲੇ ਮੁੱਦਾ ਹੁੰਦਾ ਸੀ ਵੀ ਜੀ ਫਲਾਣੇ ਮੰਤਰੀ ਨੇ ਆਪਦੀ ਖਾਣ ਸਮਝ ਦੇ ਨਾਂ 'ਤੇ ਖੱਡ ਲੈ ਲਈ, ਆਪੋਜੀਸ਼ਨ ਕੋਲੇ ਮੁੱਦਾ ਹੁੰਦਾ ਸੀ ਵੀ ਜੀ ਸਰਕਾਰ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ, ਟਰਾਂਸਪੋਰਟ ਮਾਫੀਆ ਚੱਲਦਾ, ਰੇਤ ਮਾਫੀਆ ਚੱਲਦਾ, 100 ਮੁੱਦੇ ਹੁੰਦੇ ਸੀ। ਅਸਲ 'ਚ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਪਹਿਲੇ 6 ਮਹੀਨਿਆਂ ਦੇ ਵਿੱਚ ਤਕਰੀਬਨ ਸਾਰੇ ਵਾਅਦੇ ਆ ਜਿਹੜੇ ਪੂਰੇ ਕਰ ਦਿੱਤੇ ਆ। ਇਮਾਨਦਾਰੀ 'ਤੇ ਜਿਹੜੀ ਸਰਕਾਰ ਹੈ ਉਹ ਚੱਲ ਰਹੀ ਹੈ ਅਤੇ ਅੱਜ ਸਭ ਤੋਂ ਵੱਡਾ ਐਲਾਨ ਕਿ ਜੀ ਪੁਰਾਣੀ ਪੈਨਸ਼ਨ ਸਕੀਮ ਦਾ ਵੀ ਉਹਦੇ ਲਈ ਜਿਹੜੀ ਕਮੇਟੀ CM ਸਾਹਿਬ ਨੇ ਉਹਦਾ ਐਲਾਨ ਕਰ ਦਿੱਤਾ। ਮਤਲਬ ਕਿ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਆਮ ਤੌਰ 'ਤੇ ਸਰਕਾਰਾਂ ਨਾ ਜਦੋਂ 2-4 ਮਹੀਨੇ ਰਹਿੰਦੇ ਹੁੰਦੇ ਆ ਉਹ ਤੋਂ ਲੈਂਦੀਆਂ ਹੁੰਦੀਆਂ, ਸਾਡੀ ਸਰਕਾਰ ਨੇ ਪਹਿਲੇ 6 ਮਹੀਨੇ 'ਚ ਲੈ ਲਏ। ਇਸੇ ਕਰਕੇ ਆਪੋਜੀਸ਼ਨ ਕੋਲ ਮੁੱਦਾ ਕੋਈ ਨਹੀਂ, ਇੱਦਾਂ ਦੇ ਮੁੱਦੇ ਜਿੱਦਾਂ ਦਾ ਲੋਕਾਂ ਨਾਲ ਕੋਈ ਲਿੰਕ ਨਹੀਂ, ਸਿਰਫ ਗੁੰਮਰਾਹ ਕਰਨ ਲਈ ਇਹ ਅਕਾਲੀ ਦਲ ਕਾਂਗਰਸ ਵਾਲੇ ਜਿਹੜੇ ਆ ਉਹ ਉਠਾਉਂਦੇ ਰਹਿੰਦੇ ਆ। ਇਹਨਾਂ 'ਚੋਂ ਮੈਨੂੰ ਦੱਸੋ ਕਿਹੜਾ ਫਰੈਂਕਫਰਟ ਗਿਆ ਹੋਇਆ ਸੀਗਾ ਜੀ, ਕਿਹੜਾ ਉੱਥੇ ਜਹਾਜ਼ 'ਚ ਨਾਲ ਸੀ? ਮਤਲਬ ਕਿ ਐਂ ਵੀ ਬੇਤੁਕੀਆਂ ਗੱਲਾਂ ਵੀ ਜੀ ਐਂ ਹੋ ਗਿਆ ਐਂ ਹੋ ਗਿਆ। ਯਾਰ ਕੋਈ ਬੰਦਾ ਕਿਤੇ ਗਿਆ, ਆਪਾਂ ਵੀ ਜਦੋਂ ਕਿਤੇ ਪੌਣ ਪਾਣੀ ਜਾ ਕੇ ਚੇਂਜ ਹੁੰਦਾ ਹਰੇਕ ਬੰਦੇ ਦੀ ਸਿਹਤ, ਕਈ ਵਾਰੀ ਨਹੀਂ ਉੱਥੇ ਐਡਜਸਟਮੈਂਟ ਆਉਂਦੀ, ਬੰਦਾ ਡਾਊਨ ਹੋ ਜਾਂਦਾ, ਬਿਮਾਰ ਹੋ ਜਾਂਦਾ। ਮਤਲਬ ਕਿ ਬੇਤੁਕੀਆਂ ਗੱਲਾਂ। ਤੁਸੀਂ ਇੰਨੇ ਸਾਲ ਤੁਹਾਡੀਆਂ ਸਰਕਾਰਾਂ ਰਹਿ ਗਈਆਂ, ਤੁਸੀਂ ਇੱਥੇ ਅੰਬਾਨੀ ਵਰਗਿਆਂ ਨੂੰ 7-7 ਕਰੋੜਾਂ ਰੁਪਇਆ ਲਾ ਦਿੰਦੇ ਸੀ, ਕਿਹੜਾ ਇੱਥੇ ਇਨਵੈਸਟ ਕਰਕੇ ਗਿਆ? ਪਹਿਲਾ ਮੁੱਖ ਮੰਤਰੀ ਆ ਜਿਹੜਾ ਕੁਛ ਤਾਂ ਕਰ ਰਿਹਾ। ਅਸੀਂ ਪਹਿਲੇ 6 ਮਹੀਨਿਆਂ ਵਿੱਚ ਟਾਟਾ ਨੂੰ ਇੱਥੇ ਲਿਆਂਦਾ, 2600 ਕਰੋੜ ਦੀ ਇਨਵੈਸਟਮੈਂਟ ਆ ਜਿਹੜੀ ਪੰਜਾਬ 'ਚ ਕਰਵਾਈ। ਅੱਜ ਮਾਹੌਲ ਬਣ ਰਿਹਾ ਪੰਜਾਬ 'ਚ, ਇੰਡਸਟਰੀ ਦਾ ਵਿਸ਼ਵਾਸ ਬਣ ਰਿਹਾ ਕਿ ਜੀ ਹਾਂ ਅਸੀਂ ਆ ਕੇ ਪੰਜਾਬ 'ਚ ਇਨਵੈਸਟ ਕਰ ਰਹੇ ਹਾਂ। ਤੁਸੀਂ ਰੋਜ਼ ਉੱਥੇ ਗਏ ਜੀ, ਕਿਹਨੂੰ ਲਿਆਂਦਾ? BMW ਆਈ ਨਹੀਂ ਆਈ? ਅਸੀਂ ਯਾਰ ਕੋਸ਼ਿਸ਼ ਤਾਂ ਕਰ ਰਹੇ ਹਾਂ, ਹੰਬੜਾ ਤਾਂ ਮਾਰ ਰਿਹਾ, ਤੁਹਾਡੇ ਵਾਂਗੂ ਰੇਕ ਤੋਂ ਕਮਿਸ਼ਨ ਮੰਗ ਕੇ ਥੋੜ੍ਹੀ ਬਹਿ ਜਾਂਦੇ ਹਾਂ ਜੇ ਕੋਈ ਇੰਡਸਟਰੀ ਵਾਲਾ ਇੱਥੇ ਆਉਂਦਾ। ਸੋ ਜਿਹੜੀ ਸਿਰਫ ਵਿਰੋਧ ਕਰਨ ਲਈ ਵਿਰੋਧ ਕਰਨਾ, ਇਹ ਸਾਰਾ ਪੰਜਾਬ ਹੈ ਜਿਹੜਾ ਉਹ ਦੇਖ ਰਹੇ ਆ। ਇਹਨਾਂ ਨੇ 22 ਤੋਂ ਪਹਿਲਾਂ ਵੀ ਬੜਾ ਕੁਛ ਕੀਤਾ ਪਰ ਲੋਕਾਂ ਨੇ ਸਾਨੂੰ ਜਿਹੜੀਆਂ 92 ਸੀਟਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ, ਅਸੀਂ ਹੁਣ ਵੀ ਕੋਈ ਨਹੀਂ, ਮੂਹਰੇ ਪਾਰਲੀਮੈਂਟ ਦੀ ਇਲੈਕਸ਼ਨ ਆਉਣੀ, ਅਸੀਂ ਲੋਕਾਂ ਦੀ ਕਚਹਿਰੀ 'ਚ ਜਾਣਾ, ਲੋਕ ਪੰਜਾਬ ਦੇ ਫੈਸਲਾ ਕਰ ਲੈਣਗੇ।
It's great to see you here. Thank you for watching our work. If you haven't subscribed yet, don't forget to click the bell icon and subscribe to Voter Story and support independent, robust journalists.